ਪੁਲਿਸ ਥਾਣਾ ਮੱਲਾਵਾਲਾ ਦੇ ਅਧੀਨ ਪੈਂਦੇ ਪਿੰਡ ਆਸਿਫ ਵਾਲਾ ਦੇ ਨਜ਼ਦੀਕ ਇੱਕ ਜੀਪ ਨੇ ਬੱਚੇ ਨੂੰ ਕੁਚਲ ਦਿੱਤਾ, ਜਿਸ ਤੋਂ ਬਾਅਦ ਬੱਚੇ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਹੈ। ਇਸ ਮੌਕੇ ਦੇ ਉੱਤੇ ASI ਕਸ਼ਮੀਰ ਸਿੰਘ ਨੇ ਪੂਰੇ ਮੌਕੇ ਦੀ ਤਫਤੀਸ਼ ਕੀਤੀ ਹੈ। ਦਰਅਸਲ ਇਹ ਭੱਠੇ ਤੇ ਕੰਮ ਕਰਦੇ ਇੱਕ ਮਜ਼ਦੂਰ ਦਾ ਬੱਚਾ ਸੀ। ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀਪ ਚਾਲਕ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮੱਲੂ ਵਾਲੀਏ ਵਾਲਾ ਵਜੋਂ ਹੋਈ ਹੈ। ਕਸੂਰ ਤੋਂ ਮੁੰਡਾ ਮਾਰਿਆ ਗਿਆ, ਦੂਜੇ ਹੱਥ ਆ ਕੇ ਮੁੰਡਾ ਮਾਰਿਆ ਨਾ। ਉਲਟਾ ਆਉਂਦੇ ਸਰ ਤੋਂ ਆਉਂਦੇ, ਚਾਰ ਚਿਲਡਰਾਂ ਲੈ ਲਓ ਤੇ ਰਾਜੀਨਾਮਾ ਕਰੋ। ਕਾਹਦੇ ਲਈ ਰਾਜੀਨਾਮਾ ਕਰੀਏ ਨਾਲੇ ਲਈ? ਸਾਡਾ ਮੁੰਡਾ ਗੱਡੀ ਵਰਜੀ ਹੈ ਜੀ। ਗੱਡੀ ਕਿਹੜੀ ਹੈ ਜੀ? ਮਹਿੰਦਰਾ ਜੀਪ ਜੀ। ਅੱਛਾ ਜੀ, ਬੰਦੇ ਪਛਾਣਦੇ ਤੁਸੀਂ? ਬੰਦੇ ਪਛਾਣਦੇ ਸਾਨੂੰ, ਬੰਦੇ ਪੇਸ਼ ਕਰਾਉਣੇ ਵੀ ਨਾਲੇ ਇੱਥੇ। ਕਿੱਥੋਂ ਦੇ ਬੰਦੇ? ਇਹ ਮੱਲੂ ਵਾਲੇ ਦੇ ਜੀ। ਰਾਜੀਨਾਮਾ ਕਰੋ ਜੀ, ਅੱਜ ਗਰੀਬ ਦਾ ਬੱਚਾ ਮਾਰਿਆ ਗਿਆ ਵਾ, ਤੇ ਗਰੀਬਾਂ ਨੂੰ ਚਾਰ ਭੈਣ ਚੋ ਦੇ ਕੇ ਆਖਣ ਸੀੜਾ ਲਾਓ ਤੇ ਅਸੀਂ ਗਰੀਬ ਤੇ ਮਾਰੇ ਗਏ ਸਾਰੇ ਜਾਣੇ। ਬੱਚੇ ਦੀ ਉਮਰ ਕਿੰਨੀ? ਉਮਰ ਮੰਡੇ 7 ਸਾਲ ਜੀ, 8। ਮੌਕੇ ਤੇ ਪੰਜਾਬ ਪੁਲਿਸ ਪਹੁੰਚੀ ਹੈ ਜੀ? ਹਾਂਜੀ। ਤੁਹਾਡੀ ਕਾਰਵਾਈ ਸੋ ਕਰਦੀ ਆ? ਅਜੇ ਕਰਦੀ ਪਈ, ਅਜੇ ਵੇਖੋ ਕੀ ਕਰਦੇ ਆ। ਠੀਕ ਹੈ। ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ? ਇਹ ਸੱਜੇ ਸਾਈਡ ਤੋਂ ਆ ਰਹੀ ਸੀ, ਖੱਬੀ ਸਾਈਡ ਤੋਂ ਆ ਰਹੀ ਆ, ਸੱਜੇ ਸਾਈਡ ਤੇ ਮਾਰੀ ਹੈ। ਰੋਡ ਦਾ ਕਿਹੜਾ ਰੋਡ ਹੈ? ਇਹ ਮਖੂ ਰੋਡ ਤੋਂ ਜੀ, ਫਰੀਪੁਰ ਰੋਡ ਨੂੰ ਜਾ ਰਹੀ ਹੈ। ਹਾਂਜੀ ਜੀ। ਮੁੰਡਾ ਉੱਥੇ ਖੜਾ ਸੀ ਆਪਦੇ ਹੱਥ, ਤੇ ਮਾਹੂ ਰੋਡ ਗੱਡੀ ਆਉਂਦੀ ਪਿਸ ਤੇ ਨਾ ਉਹ ਘੁਮਾਦਾ 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 ਤੇ ਮੁੰਡੇ ਦੇ ਲਿਆ ਵਿੱਚ ਮਾਰੀ, ਮੁੰਡਾ ਥਾਂ ਤੇ ਮਾਰਤਾ। ਆਊਟਸਾਈਡ ਮਾਰੀ ਕਿ? ਹਾਂਜੀ ਆ ਇਧਰਲੇ ਸਾਈਡ, ਉੱਠੇ ਸਾਈਡ ਪਰ। ਹਾਂਜੀ ਖੱਬੇ ਆ। ਤੁਸੀਂ ਬੱਚੇ ਤੇ ਕੀ ਲੱਗਦੇ ਜੀ? ਬੱਚੇ ਦੀ ਮਾਸੀ ਲੱਗਦੀ। ਕਿੰਨੇ ਵਜੇ ਦਾ ਟਾਈਮ ਜੀ? 11:30। ਤੁਸੀਂ ਨਾਲ ਸੀ ਬੱਚੇ ਦੇ? ਨਾ ਨਾ, ਮੈਂ ਤਾਂ ਵੈਸੇ ਰੱਬ ਉਹ ਤਾਂ ਚੜੀ ਸਮਝ। ਤੁਸੀਂ ਸਾਹਮਣੇ ਵੇਖਿਆ ਮਤਲਬ? ਹਾਂਜੀ ਵੇਖਿਆ, ਅੱਖੀ ਵੇਖਣ ਦੀ ਗੱਲ ਕਹਿਣਾ। ਮੈਂ ਤਾਂ ਬਾਹਰ ਨੂੰ ਚੱਲੀ ਸੀ ਤੇ ਰੱਬੋ ਬੱਚਾ ਇੱਧਰ ਸਾਈਡ ਉਰਲੀ ਖੜਾ ਸੀ। ਗੱਡੀ ਨੂੰ ਦੋਸ਼ੀ ਫਰਾਰ ਹੋ ਗਈ ਕਿ ਮੌਕੇ ਤੇ ਫੜੇ? ਨਹੀਂ ਫਰਾਰ ਹੋ ਗਿਆ ਤੇ ਗੱਡੀ ਛੱਡ ਗਿਆ। ਅੱਜ ਮੈਂ ਸਮੇਤ ਹੋਰ ਸਾਥੀ ਕਰਮਚਾਰੀਆਂ ਦੇ ਨਾਲ ਗੱਜ ਦੇ ਸੰਬੰਧ ਵਿੱਚ ਆਸਫ ਵਾਲਾ ਬੱਸ ਅੱਡਾ ਮੌਜੂਦ ਸੀ, ਤਾਂ ਮੇਰੇ ਪਾਸ ਕਾਲਾ ਸਿੰਘ ਪੁੱਤਰ ਮਾਨਤ ਵਾਸੀ ਰੱਖੜੀ ਹਾਲ ਭੱਠਾ ਦਸ਼ਮੇਸ਼ ਬੀਕੇ, ਜੋ ਜਿਸ ਪਰ ਉਹ ਬਤੌਰ ਪਥੇਰ ਦਾ ਕੰਮ ਕਰਦਾ, ਆ ਕੇ ਬਿਆਨ ਲਿਖਾਇਆ ਕਿ ਹਰਜਿੰਦਰ ਸਿੰਘ ਪੁੱਤਰ ਪੂਰਨ ਸਿੰਘ ਕੌਮ ਰਾਮਗੜੀਆ ਵਾਸੀ ਮੱਲੂ ਵਾਲੀਏ ਵਾਲਾ ਨੇ ਆਪਣੀ ਜੀਪ ਨੰਬਰੀ PB02L4070 ਮਹੂ ਸੜਕ ਤੋਂ ਆ ਕੇ ਮੈਂ ਆਪਣੇ ਬੱਚੇ ਨੂੰ ਸੜਕ ਦੇ ਸਾਈਡ ਪਰ ਟੱਟੀ ਬਿਠਾਇਆ ਸੀ, ਤਾਂ ਉਸਨੇ ਜੀਪ ਜਿਹੜੀ ਆਪਣੇ ਬੜੀ ਤੇਜ਼ ਲਾਪਰਵਾਹੀ ਅਤੇ ਡਿੱਕ ਡੋਲੇ ਖਾਂਦੀ ਹੋਈ ਜੀਪ ਲਿਆ ਕੇ ਉਹਦੇ ਬੱਚੇ ਵਿੱਚ ਮਾਰ ਕੇ ਉਹਦਾ ਐਕਸੀਡੈਂਟ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਦੇ ਸੰਬੰਧ ਵਿੱਚ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ। ਪੋਸਟਮਾਰਟਮ ਹੋ ਗਿਆ ਸਰ? ਪੋਸਟਮਾਰਟਮ ਕਰਾਉਣ ਲਈ ਭੇਜਿਆ ਜਾ ਚੁੱਕਾ, ਡੈੱਡ ਬੋਡੀ ਭੇਜੀ ਜਾ ਚੁੱਕੀ ਹੈ ਅਤੇ ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਦੋਸ਼ੀ ਫਰਾਰ ਹੈ ਜੀ? ਦੋਸ਼ੀ ਮੌਕਾ ਪਰ ਜੀਪ ਛੱਡ ਕੇ ਆਪ ਮੌਕਾ ਤੋਂ ਫਰਾਰ ਹੋ ਗਿਆ ਸੀ। ਮੱਲਾਵਾਲਾ ਤੋਂ ਕੈਮਰਾਮੈਨ ਬਿਆਨ ਸਿੰਘ ਗਿੱਲ ਦੇ ਨਾਲ ਗੁਰਦੇਵ ਸਿੰਘ ਗਿੱਲ ਦੀ ਰਿਪੋਰਟ, ਪੈਰੇਦਾਰ TV।